ਫਲਕ ਵੀਰੋ, ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਵਾਰਨਿੰਗ ਪੜ੍ਹ ਲਿਆ ਕਰੋ। ਅਸੀਂ ਕਿਸੇ ਨੂੰ ਡਾਕਟਰ ਨਹੀਂ ਬਣਾ ਸਕਦੇ, ਪਰ ਤੁਸੀਂ ਵੀਡੀਓ ਦੇਖ ਦੇਖ ਕੇ ਜਾਂ ਪੁੱਛ ਕੇ ਤੁਸੀਂ ਆਪਣੇ ਜਾਨਵਰਾਂ ਦਾ ਤੁਸੀਂ ਆਪ ਇਲਾਜ ਕਰ ਸਕਦੇ ਹੋ। ਵੀਰੋ, ਅੱਜ ਦਾ ਟੌਪਿਕ ਹੈ ਕਿ ਬੱਕਰੀਆਂ ਨੂੰ ਆਪਾਂ ਕਿਹੜੀ ਕਿਹੜੀ ਵੈਕਸੀਨ ਲਵਾ ਸਕਦੇ ਹਾਂ, ਤਾਂ ਤੁਸੀਂ ਇਹ ਵੀਡੀਓ ਐਂਡ ਤੱਕ ਦੇਖਿਓ। ਵੀਰ, ਜਿਵੇਂ ਕਿ ਆਪਾਂ ਦੇਖਣ 'ਚ ਆਇਆ ਨਾ ਕਿ ਬੱਕਰੀਆਂ ਜਿਹੜੀਆਂ ਨੇ ਇਹਦੀਆਂ 7 ਤਰ੍ਹਾਂ ਦੀਆਂ ਵੈਕਸੀਨਾਂ ਹੁੰਦੀਆਂ ਨੇ ਆਪਣੇ 'ਚ। ਤੁਹਾਨੂੰ ਨਹੀਂ ਪਤਾ ਹੋਣਾ, ਤੁਹਾਨੂੰ ਪਤਾ ਵੀ ਹੋਣਾ ਜਿਹੜੇ ਪੁਰਾਣੇ ਜੁੜੇ ਹੋਏ ਨੇ ਧੰਦੇ ਨਾਲ, ਤਾਂ 7 ਤਰ੍ਹਾਂ ਦੀਆਂ ਵੈਕਸੀਨ ਨੇ ਵੀਰ ਜੀ ਇਹ 'ਚ। ਇੱਕ ਤਾਂ ਹੈਗੀ ਐਨਫੈਕਸ, ਇੱਕ ਹੁੰਦੀ ਹੈ ਐਚ ਐਸ, ਇੱਕ ਈ ਟੀ, ਇੱਕ ਬਲੈਕ ਕੁਆਟਰ ਹੁੰਦੀ ਹੈ, ਇੱਕ ਪੀ ਪੀ ਆਰ ਹੁੰਦੀ ਹੈ, ਅਤੇ ਇੱਕ ਐਫ ਐਮ ਡੀ, ਅਤੇ ਇੱਕ ਗੋਡ ਫੋਕਸ ਜਿਹੜੀ ਹੁਣ ਆਈ ਹੈ, ਇੱਕ ਸੀ ਪੀ ਪੀ ਪੀ। ਤੁਹਾਨੂੰ ਮੈਂ ਇਹ ਦੱਸੂੰਗਾ ਕਿ ਇਹ ਵੈਕਸੀਨ ਕਦੋਂ ਲਵਾਉਣੀ ਹੁੰਦੀ ਹੈ, ਕੀ ਡੋਜ਼ ਹੁੰਦੀ ਹੈ ਇਹਦੀ, ਕਿੰਨੇ ਮਹੀਨੇ ਦੇ ਬੱਚੇ ਨੂੰ ਲੱਗਦੀ ਹੈ, ਕਿੰਨੇ ਵਾਰ ਲੱਗਦੀ ਹੈ। ਤਾਂ ਪਹਿਲੀ ਜਿਹੜੀ ਵੈਕਸੀਨ ਹੈ ਐਨਥਿਕਸ, ਇਹ ਜਿਹੜੀ ਵੈਕਸੀਨ ਹੈ ਨਾ, ਇਹ 6 ਮਹੀਨੇ ਦੇ ਬੱਚਿਆਂ ਤੋਂ ਲੈ ਕੇ ਵੱਡੇ ਜਾਨਵਰ ਨੂੰ ਵੀ ਲੱਗਦੀ ਹੈ ਅਤੇ ਛੋਟੇ ਜਾਨਵਰ ਨੂੰ ਵੀ ਲੱਗ ਜਾਂਦੀ ਹੈ। 6 ਮਹੀਨੇ ਦੇ ਛੋਟੇ ਨੇ, ਇਹ ਸਾਲ ਦੇ ਵਿੱਚ ਇੱਕ ਵਾਰੀ ਲੱਗਦੀ ਹੈ ਵੀਰੋ, ਅਤੇ ਇਹ ਉੱਥੇ ਲੱਗਦੀ ਹੈ ਜਿੱਥੇ ਕਿ ਬਿਮਾਰੀ ਪਈ ਹੋਵੇ ਇਹਦੀ, ਐਂਟਿਕਸ ਦੀ। ਅਤੇ ਇਹ ਬੋਡੀ ਵੇਟ ਦੇ ਹਿਸਾਬ ਨਾਲ ਲੱਗਦੀ ਹੈ। ਅਤੇ ਦੂਜੀ ਹੈਗੀ ਹੈ ਐਚ ਐਸ, ਇਹ ਵੀ ਵੀਰ ਜੀ 6 ਮਹੀਨੇ ਦੇ ਬੱਚੇ ਨੂੰ ਲੱਗਦੀ ਹੈ ਅਤੇ ਛੋਟੇ ਬੱਚਿਆਂ ਨੂੰ ਆਪਾਂ ਲਾ ਸਕਦੇ ਜਿਹਨੂੰ ਬਿਮਾਰੀ ਹੋਈ ਹੋਵੇ। ਅਤੇ ਇਹ ਵੀ ਸਾਲ 'ਚ ਇੱਕ ਵਾਰੀ ਲੱਗਦੀ ਹੈ, ਮਈ ਦੇ ਵਿੱਚ, ਮਾਨਸੂਨ ਤੋਂ ਪਹਿਲਾਂ। ਮਾਨਸੂਨ ਦਾ ਮਤਲਬ ਮੀਂਹ ਮੂੰਹ ਤੋਂ ਪਹਿਲਾਂ ਇਹ ਲੱਗਦੀ ਹੁੰਦੀ ਆ, ਇਹ ਵੀ ਇੱਕ ਵਾਰੀ ਲੱਗਦੀ ਆ। ਉਸ ਤੋਂ ਬਾਅਦ ਤੀਜੀ ਵੈਕਸੀਨ ਹੈਗੀ ਆ ਵੀਰੋ, ਐਥਰੋਮੀਆ, ਈ ਟੀ। ਇਹ 4 ਮਹੀਨਿਆਂ ਦੇ ਬੱਚੇ ਤੋਂ ਛੋਟੇ ਜਾਨਵਰ ਨੂੰ ਵੀ ਲੱਗ ਜਾਂਦੀ ਹੈ, ਅਤੇ ਆਪਾਂ ਇਹਨੂੰ ਨਾ ਪਹਿਲੇ ਹਫ਼ਤੇ ਦੇ ਬੱਚੇ ਨੂੰ ਵੀ ਲਾ ਸਕਦੇ ਹਾਂ। ਅਤੇ ਮਈ ਦੇ ਵਿੱਚ ਲੱਗਦੀ ਹੈ, ਅਤੇ ਇਹਦੀ ਜੀ ਬੂਸਟਰ ਡੋਜ਼ ਹੁੰਦੀ ਹੈ, ਬੂਸਟਰ ਇਹ 15 ਦਿਨ ਦੇ ਵਿੱਚ ਹੀ ਲੱਗ ਜਾਂਦੀ ਹੈ। ਚੌਥੀ ਬਿਮਾਰੀ ਹੈਗੀ ਆਪਣੇ ਕੋਲ ਬਲੈਕ ਕੁਆਟਰ, ਇਹ 6 ਮਹੀਨੇ ਦੇ ਬੱਚੇ ਨੂੰ ਲੱਗਦੀ ਹੈ ਅਤੇ ਛੋਟੇ ਨੂੰ ਵੀ ਲਾ ਸਕਦੇ ਹਾਂ। ਇਹ ਵੀ ਵੀਰ ਜੀ ਇੱਕ ਵਾਰੀ ਲੱਗਦੀ ਹੈ ਸਾਲ ਦੇ ਵਿੱਚ, ਮਈ ਦੇ ਵਿੱਚ। ਪੰਜਵੀਂ ਹੈਗੀ ਹੈ ਪੀ ਪੀ ਆਰ, ਇਹ 'ਚ ਜ਼ਿਆਦਾ ਨੁਕਸਾਨ ਹੋ ਜਾਂਦਾ ਪਸ਼ੂ ਦਾ, ਤਾਂ ਕਰਕੇ ਇਹ 3 ਮਹੀਨੇ ਦੇ ਬੱਚੇ ਨੂੰ ਵੀ ਲੱਗ ਜਾਂਦੀ ਹੈ ਅਤੇ 3 ਸਾਲ ਦੇ ਬਾਅਦ ਇੱਕ ਵਾਰੀ ਲੱਗਦੀ ਹੈ ਇਹ। ਛੇਵੀਂ ਹੈਗੀ ਹੈ ਐਫ ਐਮ ਡੀ, ਇਹ 4 ਮਹੀਨਿਆਂ ਤੋਂ ਉੱਪਰ ਦੇ ਬੱਚਿਆਂ ਨੂੰ ਲੱਗਦੀ ਹੈ ਅਤੇ ਸਤੰਬਰ ਦੇ ਵਿੱਚ ਲੱਗਦੀ ਆ, ਸਤੰਬਰ ਅਤੇ ਮਾਰਚ ਦੇ ਵਿੱਚ। ਉਸ ਤੋਂ ਬਾਅਦ ਹੁਣ ਜਿਹੜੀ ਆਈ ਹੈ ਇੱਕ, ਜਦੋਂ ਤੁਹਾਨੂੰ ਪਤਾ ਨਹੀਂ ਹੋਣਾ, ਗੋਡ ਫੋਕਸ, ਇਹ 3 ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਲੱਗਦੀ ਹੈ ਇਹ, ਅਤੇ ਇਹ ਦਸੰਬਰ ਦੇ ਵਿੱਚ ਲੱਗਦੀ ਹੈ, ਉਹ ਵੀ ਇੱਕ ਵਾਰੀ ਲੱਗਦੀ ਹੈ। ਅੱਗੇ ਹੈਗੀ ਸੱਤਵੀਂ ਸੀ ਪੀ ਪੀ, ਇਹ ਜਨਵਰੀ ਦੇ ਵਿੱਚ ਲੱਗਦੀ ਹੈ ਅਤੇ 3 ਮਹੀਨੇ ਦੇ ਬੱਚੇ ਤੋਂ ਉੱਪਰ ਲੱਗਦੀ ਹੈ ਅਤੇ ਸਾਲ 'ਚ ਇੱਕ ਵਾਰੀ ਲੱਗਦੀ ਹੈ। ਜੇ ਵੀਰੋ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀਆਂ ਨੇ, ਤਾਂ ਇਹਨੂੰ ਕਿਰਪਾ ਕਰਕੇ ਲਾਈਕ, ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬਰ ਜ਼ਰੂਰ ਕਰ ਦਿਆ ਕਰੋ। ਕਿਸੇ ਮੇਰੇ ਵੀਰ ਭਾਈ ਦਾ ਭਲਾ ਹੋ ਜੇ, ਗਾਹਾਂ ਸੈਂਡ ਵੀ ਕਰ ਦਿਆ ਕਰੋ, ਗਾਹਾਂ ਚਾਨਣਾ ਪਾ ਦਿਆ ਕਰੋ।
ਅਤੇ ਗਾਹਾਂ ਲਿੰਕ ਆਪਣੇ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਦਿਆ ਕਰੋ, ਅਤੇ ਗਾਹਾਂ ਕੋਈ ਕਿਸੇ ਮੇਰੇ ਵੀਰ ਭਾਈ ਦਾ ਫਾਇਦਾ ਹੋ ਸਕੇ, ਅਤੇ ਕੋਈ ਮੇਰਾ ਵੀਰ ਭਾਈ ਕੋਈ ਹੋਰ ਕੋਈ ਜਾਣਕਾਰੀ ਚਾਹੁੰਦਾ ਹੋਵੇ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਗਾਹਾਂ ਇਹ ਜਿਹੜੀ ਵੀਡੀਓ ਨੇ ਉਹ ਦੇਖ ਸਕਦਾ। ਧੰਨਵਾਦ ਵੀਰ ਜੀ।